ਜਲਾਲਾਬਾਦ ਵਿਧਾਨ ਸਭਾ ਸੀਟ ਤੇ 21 ਅਕਤੂਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਵਿੱਚ ਜਿੱਥੇ ਸਾਰੀਆਂ ਪਾਰਟੀਆਂ ਨੇ ਇਸ ਚੋਣ ਨੂੰ ਜਿੱਤਣ ਲਈ ਆਪਣੀ ਪੂਰੀ ਵਾਹ ਲਾਈ ਹੋਈ ਹੈ, ਉੱਥੇ ਹੀ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਅਤੇ ਉਹਨਾਂ ਦੇ ਸਮਰਥਕ ਆਪਣੀ ਜਿੱਤ ਨੂੰ ਲੈ ਕੇ ਪੂਰੇ ਆਸਵੰਦ ਵੀ ਹਨ। ਪਰ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਂਵਲਾ ਦੀ ਤਾਂ ਉਹ ਅਤੇ ਉਹਨਾਂ ਦੇ ਸਮਰਥਕ ਆਪਣੀ ਜਿੱਤ ਨੂੰ ਲੈ ਕੇ ਓਵਰ ਕੌਨਫੀਡੈਂਸ ਹਨ। ਇਸ ਦਾ ਕਾਰਨ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੋਣਾ ਮੰਨਿਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਪੰਜਾਬ ਵਿੱਚ ਪਿਛਲੇ 28 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਹੈ। ਸਰਕਾਰ ਵੱਲੋਂ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਗਿਆ ਜਿਸ ਨਾਲ ਪੰਜਾਬ ਦਾ ਕੋਈ ਵੀ ਵਰਗ ਸਰਕਾਰ ਤੋਂ ਖੁਸ਼ ਹੋਵੇ। ਇਸ ਦੀ ਸਾਫ਼ ਤੇ ਸਪਸ਼ਟ ਉਦਾਹਰਣ ਜਲਾਲਾਬਾਦ ਤੇ ਹੋਰਨਾਂ ਵਿਧਾਨ ਸਭਾ ਹਲਕਿਆਂ ਵਿੱਚ ਵੱਖ ਵੱਖ ਕਰਮਚਾਰੀ ਦਲਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਹਨ। ਇਸ ਤੋਂ ਇਲਾਵਾ ਜੇਕਰ ਸਿਰਫ ਜਲਾਲਾਬਾਦ ਦਾ ਵਿਧਾਨ ਸਭਾ ਹਲਕਾ ਦੀ ਗੱਲ ਕਰੀਏ ਤਾਂ ਇੱਥੇ ਸਥਿਤੀ ਓਨੀ ਆਸਾਨ ਨਹੀਂ ਹੈ ਜਿੰਨੀ ਕਾਂਗਰਸ ਹਾਈਕਮਾਨ ਤੇ ਕਾਂਗਰਸੀ ਸਮਰਥਕ ਸਮਝ ਰਹੇ ਹਨ। ਇਹ ਸੀਟ ਪਿਛਲੇ ਕਰੀਬ ਡੇਢ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਅਕਾਲੀ ਦਲ ਦੇ ਕਬਜ਼ੇ ਵਿੱਚ ਹੈ। ਸੁਖਬੀਰ ਬਾਦਲ ਦੇ MP ਬਣਨ ਤੋਂ ਬਾਅਦ ਕਾਂਗਰਸ ਕੋਲ ਮੌਕਾ ਆਇਆ ਹੈ ਕਿ ਇਸ ਸੀਟ ਤੇ ਕਬਜ਼ਾ ਜਮਾ ਕੇ ਸੁਖਬੀਰ ਬਾਦਲ ਦਾ ਗੜ੍ਹ ਤੋੜਿਆ ਜਾ ਸਕੇ। ਪਰ ਜਨਤਾ ਦਾ ਫੈਸਲਾ ਹੈਰਾਨੀਜਨਕ ਆ ਸਕਦਾ ਹੈ। ਰਾਜਨੀਤਿਕ ਗਲਿਆਰਿਆਂ ਵਿੱਚ ਹੋ ਰਹੀ ਚਰਚਾ ਦੀ ਗੱਲ ਕਰੀਏ ਤਾਂ ਸਥਿਤੀ ਇਹ ਵੀ ਨਜ਼ਰ ਆ ਰਹੀ ਹੈ ਕਿ ਕਾਂਗਰਸ ਪਾਰਟੀ ਨੂੰ ਆਪਣਿਆਂ ਦਾ ਵਿਰੋਧ ਲੈ ਕੇ ਬਹਿ ਜਾਵੇਗਾ। ਜਿੱਥੇ ਇਹ ਸੀਟ ਹਾਈਕਮਾਨ ਦੇ ਨੱਕ ਦਾ ਸਵਾਲ ਬਣਿਆ ਹੋਇਆ ਹੈ, ਉੱਥੇ ਹੀ ਕਾਂਗਰਸ ਉਮੀਦਵਾਰ ਦੇ ਜਿੱਤਣ ਨਾਲ ਜਲਾਲਾਬਾਦ ਹਲਕੇ ਦੇ ਕਈ ਲੋਕਲ ਕਾਂਗਰਸੀ ਆਗੂਆਂ ਦਾ ਰਾਜਨੀਤਿਕ ਕੈਰੀਅਰ ਹਾਸ਼ੀਏ ਤੇ ਆ ਜਾਵੇਗਾ। ਭਵਿੱਖ ਵਿੱਚ ਕੀ ਹੁੰਦਾ ਹੈ ਇਹ ਹਾਲੇ ਸਮੇਂ ਦੇ ਗਰਭ ਵਿੱਚ ਹੈ, ਪਰ ਹਾਲ ਦੀ ਘੜੀ ਵਿੱਚ ਕਾਂਗਰਸੀ ਸਮਰਥਕ ਇਸ ਸੀਟ ਤੇ ਜਿੱਤ ਨੂੰ ਲੈ ਕੇ ਬਹੁਤ ਓਵਰ ਕੌਨਫੀਡੈਂਸ ਹਨ। ਪੰਜਾਬ ਬਾਣੀ ਬਿਊਰੋ ਜਲਾਲਾਬਾਦ।